ਪੰਜਾਬੀ ਡੁਐਟ ਗਾਣਿਆਂ ਦੀ ਮਕਬੂਲ ਜੋੜੀ ਤੇ ਫਿਲਮਾਂ ਦੇ ਵਿੱਚ ਆਪਣੀ ਐਕਟਿੰਗ ਦੇ ਨਾਲ ਸਭ ਦਾ ਦਿਲ ਜਿੱਤਣ ਵਾਲੇ ਗੁਰਚਰਨ ਪੋਹਲੀ ਨੇ ਕਿਉਂ ਛੱਡੀ ਸੀ ਪੰਜਾਬੀ ਮਿਊਜ਼ਿਕ ਤੇ ਫਿਲਮ ਇੰਡਸਟਰੀ ਤੇ ਅੱਜ ਕੱਲ ਕਿੱਥੇ ਰਹਿ ਰਹੇ ਨੇ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਗਗਨਦੀਪ ਤੁਹਾਡਾ ਸਵਾਗਤ ਕਰਦਾ ਤੁਹਾਡੇ ਇਸ ਆਪਣੇ ਚੈਨਲ ਪੰਜਾਬੀ ਮੂਵੀਜ਼ ਅੱਡਾ ਦੇ ਵਿੱਚ। ਤੇ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਪੰਜਾਬੀ ਇੰਡਸਟਰੀ ਨੂੰ ਸੁਪਰਹਿੱਟ ਗਾਣੇ ਤੇ ਫਿਲਮਾਂ ਦੇਣ ਵਾਲੇ ਗੁਰਚਰਨ ਪੋਹਲੀ ਜੀ ਦੇ ਬਾਰੇ, ਜਾਣਾਂਗੇ ਉਹਨਾਂ ਦੀ ਲਾਈਫ, ਫੈਮਿਲੀ ਤੇ ਸਟਰਗਲ ਦੇ ਬਾਰੇ ਤੇ ਕਿਉਂ ਪੰਜਾਬੀ ਇੰਡਸਟਰੀ ਛੱਡੀ ਤੇ ਅੱਜ ਕੱਲ੍ਹ ਕਿੱਥੇ ਰਹਿ ਰਹੇ ਨੇ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਭ ਨੂੰ ਗੁਜ਼ਾਰਿਸ਼ ਹੈ ਕਿ ਜੇ ਤੁਸੀਂ ਅਜੇ ਤੱਕ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਨੀਚੇ ਦਿੱਤੇ ਰੈੱਡ ਬਟਨ 'ਤੇ ਕਲਿੱਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਨਾਲ ਹੀ ਬੈੱਲ ਆਈਕਨ 'ਤੇ ਪ੍ਰੈਸ ਕਰ ਲਵੋ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਅਤੇ ਗੁਰਚਰਨ ਪੋਹਲੀ ਦੇ ਫੈਨਜ਼ ਵੀਡੀਓ ਨੂੰ ਲਾਈਕ ਵੀ ਜ਼ਰੂਰ ਕਰ ਦੇਣ। ਅਸੀਂ ਪੰਜਾਬੀ ਸਿਤਾਰਿਆਂ ਬਾਰੇ ਇੰਟਰਸਟਿੰਗ ਜਾਣਕਾਰੀ ਅਤੇ ਉਹਨਾਂ ਦੀ ਬਾਇਓਗ੍ਰਾਫੀਜ਼ ਲੈ ਕੇ ਆਉਂਦੇ ਰਹਿੰਦੇ ਹਾਂ, ਤੁਸੀਂ ਉੱਪਰ ਦਿੱਤੇ ਆਈ ਬਟਨ 'ਤੇ ਕਲਿੱਕ ਕਰਕੇ ਦੇਖ ਸਕਦੇ ਹੋ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ। ਗੁਰਚਰਨ ਪੋਹਲੀ ਦਾ ਜਨਮ 24 ਜੂਨ 1942 ਨੂੰ ਬ੍ਰਿਟਿਸ਼ ਇੰਡੀਆ ਦੇ ਮਾਊਂਟ ਗੋਮਰੀ ਜ਼ਿਲ੍ਹੇ ਵਿੱਚ ਪੈਂਦੇ ਪਿੰਡ ਚੱਕ ਨੰਬਰ 51 ਤਹਿਸੀਲ ਪਾਕਪੱਤਣ ਪਿਤਾ ਬੂੜ ਸਿੰਘ ਦੇ ਘਰ ਹੋਇਆ। 1947 ਦੇ ਵੰਡ ਮਗਰੋਂ ਉਹਨਾਂ ਦਾ ਸਾਰਾ ਪਰਿਵਾਰ ਪਿੰਡ ਕੋਟ ਕਰੋੜ ਕਲਾਂ ਨੇੜੇ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਆ ਕੇ ਵੱਸ ਗਿਆ। ਇੱਥੇ ਰਹਿ ਕੇ ਗੁਰਚਰਨ ਪੋਹਲੀ ਨੇ ਆਪਣੇ ਸਕੂਲ ਦੀ ਪੜ੍ਹਾਈ ਪੂਰੀ ਕੀਤੀ। ਗੁਰਚਰਨ ਪੋਹਲੀ ਨੂੰ ਛੋਟੇ ਹੁੰਦੇ ਤੋਂ ਹੀ ਗਾਣੇ, ਭੰਗੜਾ ਅਤੇ ਐਕਟਿੰਗ ਦਾ ਕਾਫ਼ੀ ਸ਼ੌਕ ਸੀ। ਪੜ੍ਹਾਈ ਤੋਂ ਬਾਅਦ ਮਿਊਜ਼ਿਕ ਦੇ ਵਿੱਚ ਅੱਗੇ ਵਧਣ ਲਈ ਗੁਰਚਰਨ ਪੋਹਲੀ ਨੇ ਸੰਗੀਤਕ ਵਿੱਦਿਆ ਦੇ ਲਈ ਉਸਤਾਦ ਜਸਵੰਤ ਭਾਂਵਰਾ ਤੋਂ ਸਿੱਖਿਆ ਲੈਣੀ ਸ਼ੁਰੂ ਕੀਤੀ। ਮਿਊਜ਼ਿਕ ਦੀ ਸਿੱਖਿਆ ਲੈਂਦੇ ਹੋਏ ਗੁਰਚਰਨ ਪੋਹਲੀ ਦੀ ਮੁਲਾਕਾਤ ਪ੍ਰੋਮਿਲਾ ਪੰਮੀ ਦੇ ਨਾਲ ਹੋਈ, ਕਿਉਂਕਿ ਉਹ ਵੀ ਜਸਵੰਤ ਭਾਂਵਰਾ ਜੀ ਕੋਲ ਮਿਊਜ਼ਿਕ ਦੇ ਗੁਰ ਸਿੱਖ ਰਹੇ ਸੀ। ਦੋਨਾਂ ਨੇ ਜੋੜੀ ਬਣਾ ਕੇ ਗਾਉਣਾ ਸ਼ੁਰੂ ਕੀਤਾ ਅਤੇ ਅਖਾੜੇ ਲਾਉਣੇ ਸ਼ੁਰੂ ਕੀਤੇ। ਇਸ ਜੋੜੀ ਦਾ ਜੋ ਸਭ ਤੋਂ ਪਹਿਲਾ ਗੀਤ ਰਿਕਾਰਡ ਹੋਇਆ ਉਸਦੇ ਬੋਲ ਸੀ, ਆਥਣ ਉੱਗਣ ਕਰੇ ਕਚੀਰਾਂ, ਲੜਦਾ ਉੱਡਦਾ ਬਹਿੰਦਾ, ਮੈਂ ਨਹੀਂ ਤੇਰੇ ਘਰ ਵਸਣਾ ਵੇ ਤੂੰ ਨਿੱਤ ਦਾ ਸ਼ਰਾਬੀ ਰਹਿੰਦਾ। ਇਹ ਰਿਕਾਰਡ ਬਹੁਤ ਹੀ ਹਿੱਟ ਹੋਇਆ। ਇਹ ਰਿਕਾਰਡ ਕੀਤਾ ਸੀ ਸਾਲ 1966 ਦੇ ਵਿੱਚ ਉਸ ਸਮੇਂ ਦੇ ਇਕਲੌਤੀ ਮਸ਼ਹੂਰ ਕੰਪਨੀ HMV ਨੇ। ਇਸ ਤੋਂ ਬਾਅਦ ਇਸ ਜੋੜੀ ਨੇ ਇੱਕ ਤੋਂ ਬਾਅਦ ਇੱਕ ਹਿੱਟ ਗਾਣਾ ਇੰਡਸਟਰੀ ਨੂੰ ਦਿੱਤਾ। ਜਿੱਥੇ ਵੀ ਇਹਨਾਂ ਦਾ ਅਖਾੜਾ ਲੱਗਦਾ, ਹਜ਼ਾਰਾਂ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਦੂਰੋਂ ਦੂਰੋਂ ਇਸ ਦੁਗਾਣਾ ਜੋੜੀ ਨੂੰ ਦੇਖਣ ਅਤੇ ਸੁਣਨ ਦੇ ਲਈ ਆਉਣ ਲੱਗੇ। ਇਸ ਜੋੜੀ ਨੇ ਕਈ ਹਿੱਟ ਗੀਤ ਦਰਸ਼ਕਾਂ ਦੀ ਝੋਲੀ ਦੇ ਵਿੱਚ ਪਾਏ ਅਤੇ ਇਹ ਸਟੇਜ ਦੀ ਜੋੜੀ ਨੇ ਵਿਆਹ ਕਰਵਾ ਕੇ ਅਸਲ ਜ਼ਿੰਦਗੀ ਵਿੱਚ ਵੀ ਜੋੜੀ ਬਣਾ ਲਈ। ਹੁਣ ਗੱਲ ਕਰਦੇ ਹਾਂ ਗੁਰਚਰਨ ਪੋਹਲੀ ਜੀ ਦੇ ਫਿਲਮੀ ਸਫ਼ਰ ਦੇ ਬਾਰੇ। ਸਭ ਤੋਂ ਪਹਿਲਾਂ ਉਹਨਾਂ ਨੇ ਪਲੇਬੈਕ ਸਿੰਗਰ ਦੇ ਤੌਰ 'ਤੇ ਕੁੱਲੀ ਯਾਰ ਦੀ ਪੰਜਾਬੀ ਫਿਲਮ ਦੇ ਵਿੱਚ ਗਾਣਾ ਗਾਇਆ ਔਰ ਇਹ ਮੌਕਾ ਉਹਨਾਂ ਨੂੰ ਫਿਲਮ ਦੇ ਡਾਇਰੈਕਟਰ ਬੂਟਾ ਸਿੰਘ ਸਹਾੜ ਨੇ ਦਿੱਤਾ। ਇਹ ਫਿਲਮ 1969 ਦੇ ਵਿੱਚ ਬਣ ਕੇ ਤਿਆਰ ਹੋਈ। ਗੁਰਚਰਨ ਪੋਹਲੀ ਨੂੰ ਗਾਉਣ ਦੇ ਨਾਲ ਨਾਲ ਐਕਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਸੀ, ਸੋ ਗਾਇਕੀ ਦੇ ਵਿੱਚ ਨਾਮ ਬਣਾਉਣ ਤੋਂ ਬਾਅਦ ਉਹ ਫਿਲਮਾਂ ਦੇ ਵਿੱਚ ਵੀ ਕੰਮ ਕਰਨਾ ਚਾਹੁੰਦੇ ਸੀ। ਇਸ ਲਈ ਗੁਰਚਰਨ ਪੋਹਲੀ ਪੰਜਾਬ ਛੱਡ ਕੇ ਮੁੰਬਈ ਚਲੇ ਗਏ ਅਤੇ ਉੱਥੇ ਜਾ ਕੇ ਸਾਲ 1974 ਦੇ ਵਿੱਚ ਉਹਨਾਂ ਨੂੰ ਬਾਲੀਵੁੱਡ ਦੀ ਪਹਿਲੀ ਫਿਲਮ ਦੇ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ ਅਤੇ ਫਿਲਮ ਦਾ ਨਾਮ ਸੀ ਕੋਰਾ ਬਦਨ। ਇਸ ਤੋਂ ਬਾਅਦ ਕਈ ਹੋਰ ਫਿਲਮਾਂ ਦੇ ਵਿੱਚ ਵੀ ਕੰਮ ਕੀਤਾ, ਜਿਵੇਂ ਕਿ ਚੱਟਾਨ ਸਿੰਘ, ਪਾਪੁਰ ਪੁੰਨਿਆ, ਸ਼ਰਾਫਤ ਛੋੜਦੀ ਮੈਨੇ, ਹਵਸ, ਦਿਲ ਔਰ ਪੱਥਰ, ਸੰਨਿਆਸੀ ਅਤੇ ਹਮਰਾਹੀ। 7-8 ਸਾਲ ਮੁੰਬਈ ਕੰਮ ਕਰਨ ਤੋਂ ਬਾਅਦ ਗੁਰਚਰਨ ਫਿਰ ਮੁੜ ਤੋਂ ਪੰਜਾਬ ਆ ਗਏ ਅਤੇ ਦੁਬਾਰਾ ਗਾਉਣਾ ਸ਼ੁਰੂ ਕੀਤਾ। HMV ਤੋਂ ਇਲਾਵਾ EMI ਕੰਪਨੀ ਨੇ ਵੀ ਇਸ ਜੋੜੀ ਦੇ ਲਗਾਤਾਰ ਕਈ ਗਾਣੇ ਰਿਕਾਰਡ ਕੀਤੇ। ਜੇ ਇਹਨਾਂ ਦੇ ਹਿੱਟ ਗਾਣੇ ਦੀ ਗੱਲ ਕੀਤੀ ਜਾਵੇ ਤਾਂ ਡੋਲੂ ਛੜੇ ਜੇਠ ਦਾ, ਤੀਵੀਆਂ ਦੋ ਬੁਰੀਆਂ, ਨੱਪਤੀ ਛੜਿਆਂ ਨੇ, ਯਾਰਾਂ ਦਾ ਟਰੱਕ ਲੰਘਣਾ, ਨਾ ਦਿਲ ਦੇ ਪਰਦੇਸੀ ਨੂੰ ਅਤੇ ਕਈ ਹੋਰ ਗਾਣੇ ਵੀ ਬਹੁਤ ਹੀ ਹਿੱਟ ਰਹੇ। ਮੁੰਬਈ ਤੋਂ ਗੁਰਚਰਨ ਪੋਹਲੀ ਮੁੜ ਤਾਂ ਆਏ ਸੀ, ਪਰ ਅਜੇ ਵੀ ਅੰਦਰ ਕਿਤੇ ਨਾ ਕਿਤੇ ਜੋ ਐਕਟਿੰਗ ਦਾ ਸ਼ੌਂਕ ਸੀ ਉਹਨਾਂ ਨੂੰ ਟਿੱਕੇ ਨਹੀਂ ਬੈਠਣ ਦੇ ਰਿਹਾ ਸੀ। ਪੰਜਾਬ ਆਉਣ ਤੋਂ ਬਾਅਦ ਉਹ ਅਖਾੜੇ ਤਾਂ ਲਾ ਰਹੇ ਸੀ, ਫਿਰ ਉਹਨਾਂ ਨੇ ਦੇਵ ਤਰੀਕੇ ਵਾਲੇ ਅਤੇ ਕੁਲਦੀਪ ਮਾਣਕ ਨਾਲ ਮਿਲ ਕੇ 1981 ਦੇ ਵਿੱਚ ਫਿਲਮ ਬਣਾਈ ਬਲਵੀਰੋ ਭਾਬੀ, ਜਿਸ ਵਿੱਚ ਗੁਰਚਰਨ ਪੋਹਲੀ ਨੇ ਘੂਕਰ ਦਾ ਰੋਲ ਨਿਭਾਇਆ ਔਰ ਇਹ ਫਿਲਮ ਬਹੁਤ ਵੱਡੀ ਹਿੱਟ ਰਹੀ ਅਤੇ ਖਾਸ ਕਰਕੇ ਘੂਕਰ ਦਾ ਰੋਲ ਬਹੁਤ ਹੀ ਜ਼ਿਆਦਾ ਪਸੰਦ ਕੀਤਾ ਗਿਆ। ਇਸ ਤੋਂ ਬਾਅਦ ਗੁਰਚਰਨ ਪੋਹਲੀ ਨੇ 1983 ਦੇ ਵਿੱਚ ਰੂਪ ਸ਼ਕੀਨਣ ਦਾ, 1984 ਦੇ ਵਿੱਚ ਯਾਰੀ ਜੱਟ ਦੀ, 1986 ਵਿੱਚ ਕੀ ਬਣੂ ਦੁਨੀਆ ਦਾ, 1987 ਦੇ ਵਿੱਚ ਪਟੋਲਾ ਅਤੇ 1988 ਦੇ ਵਿੱਚ ਜੱਟ ਸੂਰਮੇ ਫਿਲਮਾਂ ਦੇ ਵਿੱਚ ਕੰਮ ਕੀਤਾ ਜੋ ਕਿ ਹਿੱਟ ਰਹੀਆਂ। ਫਿਰ ਪੰਜਾਬ ਦੇ ਵਿੱਚ ਇੱਕ ਐਸਾ ਦੌਰ ਆਇਆ ਜਿਸ ਨੇ ਕਈ ਨਾਮਵਰ ਗਾਇਕਾਂ ਅਤੇ ਕਲਾਕਾਰਾਂ ਨੂੰ ਪੰਜਾਬੀ ਇੰਡਸਟਰੀ ਛੱਡਣ 'ਤੇ ਮਜਬੂਰ ਕਰਤਾ। ਇਹ ਸਮੇਂ ਦੌਰਾਨ ਕਈ ਕਲਾਕਾਰਾਂ ਨੂੰ ਆਪਣੀ ਜਾਨ ਤੱਕ ਵੀ ਗਵਾਉਣੀ ਪਈ ਅਤੇ ਕਾਫ਼ੀ ਕਲਾਕਾਰ ਸੀ ਜੋ ਆਪਣੀ ਅਤੇ ਆਪਣੇ ਪਰਿਵਾਰ ਦੀ ਜਾਨ ਲਈ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਵੱਸ ਗਏ।
ਇਹਨਾਂ ਕਲਾਕਾਰਾਂ ਦੇ ਵਿੱਚੋਂ ਹੀ ਗੁਰਚਰਨ ਪੋਲੀ ਵੀ ਇੱਕ ਸੀ ਜੋ ਆਪਣੀ ਪਤਨੀ ਪ੍ਰੋਮਿਲਾ ਪੰਮੀ ਅਤੇ ਪਰਿਵਾਰ ਦੇ ਨਾਲ ਅਮਰੀਕਾ ਜਾ ਕੇ ਵੱਸ ਗਏ ਅਤੇ ਪੰਜਾਬੀ ਇੰਡਸਟਰੀ ਨੂੰ ਹਮੇਸ਼ਾ ਲਈ ਛੱਡ ਗਏ। ਇਸ ਸਮੇਂ ਗੁਰਚਰਨ ਪੋਲੀ ਅਮਰੀਕਾ ਦੇ ਕੈਲੀਫੋਰਨੀਆ ਸ਼ਹਿਰ ਦੇ ਵਿੱਚ ਰਹਿ ਰਹੇ ਨੇ। ਇਹ ਸੀ ਗੁਰਚਰਨ ਪੋਲੀ ਦੇ ਸੰਗੀਤਕ ਅਤੇ ਫਿਲਮਾਂ ਦੇ ਸਫ਼ਰ ਦੀ ਗੱਲ। ਹੁਣ ਗੱਲ ਕਰਦੇ ਹਾਂ ਉਹਨਾਂ ਦੇ ਨਾਲ ਜੁੜੇ ਕੁਝ ਇੰਟਰਸਟਿੰਗ ਫੈਕਟਸ ਦੇ ਬਾਰੇ। ਗੁਰਚਰਨ ਪੋਲੀ ਜੀ ਨੇ 7-8 ਦੇ ਕਰੀਬ ਹਿੰਦੀ ਫਿਲਮਾਂ ਅਤੇ ਇੰਨੀਆਂ ਹੀ ਪੰਜਾਬੀ ਫਿਲਮਾਂ ਦੇ ਵਿੱਚ ਕੰਮ ਕੀਤਾ। ਪੰਜਾਬੀ ਅਤੇ ਹਿੰਦੀ ਫਿਲਮ ਇੰਡਸਟਰੀ ਦੇ ਵਿੱਚ ਆਪਣੀ ਜ਼ਬਰਦਸਤ ਐਕਟਿੰਗ ਦੇ ਕਾਰਨ ਜ਼ਿਆਦਾਤਰ ਉਹਨਾਂ ਨੇ ਵਿਲਨ ਦਾ ਕਿਰਦਾਰ ਨਿਭਾਇਆ। ਸਕੂਲ ਸਮੇਂ ਗੁਰਚਰਨ ਪੋਲੀ ਨੱਚਣ ਗਾਉਣ ਦੇ ਨਾਲ ਨਾਲ ਇੱਕ ਬਹੁਤ ਵਧੀਆ ਖਿਡਾਰੀ ਵੀ ਸੀ ਅਤੇ ਸਕੂਲ ਵਿੱਚ ਕਈ ਤਰ੍ਹਾਂ ਦੀਆਂ ਖੇਡਾਂ ਦੇ ਵਿੱਚ ਅੱਵਲ ਆਉਂਦੇ ਸੀ। ਸੋ ਦੋਸਤੋ, ਇਹ ਸੀ ਜਾਣਕਾਰੀ ਗੁਰਚਰਨ ਪੋਲੀ ਜੀ ਦੇ ਬਾਰੇ ਅਤੇ ਉਮੀਦ ਕਰਦਿਆਂ ਤੁਹਾਨੂੰ ਵਧੀਆ ਲੱਗੀ ਹੋਣੀ ਹੈ। ਕਮੈਂਟ ਕਰਕੇ ਜ਼ਰੂਰ ਦੱਸਿਓ ਕਿਹੋ ਜਿਹੀ ਲੱਗੀ। ਜੇ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰ ਦਿਓ, ਔਰ ਜੇ ਵਧੀਆ ਨਹੀਂ ਲੱਗੀ ਤਾਂ ਡਿਸਲਾਈਕ ਕਰਨ ਦੇ ਨਾਲ ਨਾਲ ਕਮੈਂਟ ਵੀ ਜ਼ਰੂਰ ਕਰਿਓ ਤਾਂ ਜੋ ਅਗਲੀ ਵੀਡੀਓ ਦੇ ਵਿੱਚ ਉਸ ਗਲਤੀ ਨੂੰ ਸੁਧਾਰਿਆ ਜਾ ਸਕੇ। ਕੋਈ ਵੀ ਜਾਣਕਾਰੀ ਗਲਤ ਲੱਗਦੀ ਹੋਵੇ ਜਾਂ ਕੋਈ ਜ਼ਰੂਰੀ ਜਾਣਕਾਰੀ ਰਹਿ ਗਈ ਹੋਵੇ ਤਾਂ ਉਹ ਵੀ ਤੁਸੀਂ ਕਮੈਂਟ ਰਾਹੀਂ ਜ਼ਰੂਰ ਸਾਂਝੀ ਕਰਿਓ ਤਾਂ ਜੋ ਉਸ ਬਾਰੇ ਹੋਰ ਦਰਸ਼ਕਾਂ ਨੂੰ ਵੀ ਪਤਾ ਲੱਗ ਸਕੇ। ਅੱਜ ਦੀ ਵੀਡੀਓ ਦੇ ਵਿੱਚ ਸਿਰਫ ਇੰਨਾ ਹੀ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇੱਕ ਨਵੀਂ ਜਾਣਕਾਰੀ ਦੇ ਨਾਲ। ਉਦੋਂ ਤੱਕ ਜੁੜੇ ਰਹੋ ਚੈਨਲ ਦੇ ਨਾਲ। ਚੈਨਲ ਅਪਡੇਟਸ ਦੇ ਲਈ ਪੰਜਾਬੀ ਮੂਵੀਜ਼ ਅੱਡਾ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਪਹਿਲਾਂ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ 'ਤੇ ਪ੍ਰੈਸ ਕਰੋ।